21ਵੀਂ ਸਦੀ ਦੇ ਦੌਰ ਵਿੱਚ ਅੱਜ ਦੁਨੀਆ ਹਾਈਟੈਕ ਸਾਧਨਾਂ ਦੀ ਵਰਤੋਂ ਕਰਕੇ ਚੰਦ 'ਤੇ ਪਹੁੰਚ ਚੁੱਕੀ ਹੈ, ਪਰ ਇਸ ਦੇ ਬਾਵਜੂਦ ਵੀ ਕੁਝ ਲੋਕ ਅਜਿਹੇ ਨੇ ਜਿਹੜੇ ਕਿ ਅੱਜ ਵੀ ਹੱਡ ਭੰਨਵੀਂ ਮਿਹਨਤ ਕਰਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਪੇਟ ਪਾਲਦੇ ਨੇ। ਜੀ ਹਾਂ, ਮੈਂ ਗੱਲ ਕਰ ਰਿਹਾ ਭੀੜ ਭਰੇ ਅਤੇ ਪ੍ਰਫੁੱਲਤ ਸ਼ਹਿਰ ਕਲਕੱਤਾ ਦੇ ਉਹਨਾਂ ਵਿਅਕਤੀਆਂ ਦੀ ਜਿਹੜੇ ਅੱਜ ਵੀ ਹੱਥ ਰੇੜੀ ਚਲਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਮੁਸ਼ਕਿਲ ਨਾਲ ਕਰ ਰਹੇ ਨੇ। ਇਹਨਾਂ ਦੇ ਵੱਲੋਂ ਜਿੱਥੇ ਮਿਹਨਤ ਕੀਤੀ ਜਾ ਰਹੀ ਹੈ, ਉੱਥੇ ਨਾਲ ਹੀ ਪੱਛਮੀ ਬੰਗਾਲ ਦੀ ਵਿਰਾਸਤ ਦਾ ਅਨਮੋਲ ਖਜ਼ਾਨਾ ਹੱਥ ਰੇੜੀ ਨੂੰ ਬਾਖੂਬੀ ਸਾਂਭਿਆ ਗਿਆ ਹੈ। ਸੋ ਦੋਸਤੋ, ਅੱਜ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਕਲਕੱਤਾ ਸ਼ਹਿਰ ਦੇ ਇਹਨਾਂ ਵਿਅਕਤੀਆਂ ਦੀ ਕਹਾਣੀ ਜਿਹੜੇ ਕਿ ਇੰਨੀ ਗਰਮੀ ਦੇ ਬਾਵਜੂਦ ਵੀ ਨੰਗੇ ਪੈਰ ਕਈ ਕਿਲੋ ਭਾਰ ਆਪਣੇ ਹੱਥਾਂ 'ਤੇ ਚੱਕੀ ਫਿਰਦੇ ਨੇ। ਜੀ ਹਾਂ, ਅਸੀਂ ਦੇਖਦੇ ਹਾਂ ਹੱਥ ਰਿਕਸ਼ਾ ਚਲਾਉਣ ਵਾਲੇ ਇਹਨਾਂ ਵਿਅਕਤੀਆਂ ਦੀ ਦਾਸਤਾਨ। ਘੱਟ ਮਿਹਨਤ ਕਰ ਜ਼ਿਆਦਾ ਪੈਸੇ ਕਮਾਉਣਾ ਹਰ ਕਿਸੇ ਦੀ ਕਿਸਮਤ ਵਿੱਚ ਕਿੱਥੇ ਹੁੰਦਾ ਹੈ। ਕੁਝ ਲੋਕਾਂ ਨੂੰ ਬੈਠੇ ਬਿਠਾਏ ਸਭ ਕੁਝ ਮਿਲ ਜਾਂਦਾ ਹੈ ਅਤੇ ਕੁਝ ਲੋਕ ਦੌੜ ਭੱਜ ਕਰਕੇ ਦੋ ਵਕਤ ਦੀ ਰੋਟੀ ਦਾ ਜੁਗਾੜ ਕਰਦੇ ਹਨ। ਅਜਿਹਾ ਹੀ ਹਾਲ ਹੈ ਕਲਕੱਤਾ ਦੇ ਹੱਥ ਰਿਕਸ਼ਾ ਚਾਲਕਾਂ ਦਾ, ਜੋ ਆਪਣੀ ਰੋਜ਼ੀ ਰੋਟੀ ਲਈ ਹੱਥ ਰਿਕਸ਼ਾ ਚਲਾਉਂਦੇ ਹਨ। 25 ਸਾਲ ਸੇ ਚਲਾਤੇ ਹੈ, ਗਰੀਬ ਆਦਮੀ ਹੈ, ਮਤਲਬ ਲੜਕਾ ਬੱਚਾ ਕੇ ਪੁੱਛਦੇ ਹੈ। ਕਲਕੱਤਾ ਦੀਆਂ ਸੜਕਾਂ 'ਤੇ ਦੌੜਦੀਆਂ ਅਣਗਿਣਤ ਗੱਡੀਆਂ 'ਚ ਹੱਥ ਰਿਕਸ਼ੇ ਵਾਲੇ ਆਪਣੀ ਥਾਂ ਭਾਲਦੇ ਵਿਖਾਈ ਦਿੰਦੇ ਹਨ। ਆਪਣੀ ਪਿਤਾ ਪੁਰਖੀ ਵਿਰਾਸਤ ਵਜੋਂ ਇਸ ਕਿੱਤੇ ਨੂੰ ਅਪਣਾਉਣ ਵਾਲੇ ਰਿਕਸ਼ਾ ਚਾਲਕਾਂ ਦੇ ਚਿਹਰੇ ਦੀ ਰੌਣਕ 21ਵੀਂ ਸਦੀ ਦੀ ਤਰੱਕੀ ਨੇ ਮਾਨੋ ਗਾਇਬ ਹੀ ਕਰ ਦਿੱਤੀ ਹੈ। ਇਸ ਭੀੜ ਭਰੇ ਸ਼ਹਿਰ ਵਿੱਚ ਬਹੁਤ ਸਾਰੇ ਲੋਕ ਅਜਿਹੇ ਹਨ ਜਿਹੜੇ ਕਿ ਰੋਜ਼ਮਰ੍ਹਾ ਦੇ ਕੰਮਾਂ ਲਈ ਇੱਕ ਥਾਂ ਤੋਂ ਦੂਜੀ ਥਾਂ ਤੱਕ ਜਾਣ ਲਈ ਬੱਸਾਂ, ਟੈਕਸੀਆਂ, ਆਟੋ ਰਿਕਸ਼ਿਆਂ ਅਤੇ ਟਰਾਮ ਟ੍ਰੇਨਾਂ ਦੀ ਵਰਤੋਂ ਕਰਦੇ ਹਨ। ਇਹਨਾਂ ਸਾਧਨਾਂ ਵਿੱਚੋਂ ਹੀ ਇੱਕ ਹੈ ਹੱਥ ਰਿਕਸ਼ਾ, ਜਿਸ ਨੂੰ ਪੱਛਮੀ ਬੰਗਾਲ ਦੇ ਅਨਮੋਲ ਖਜ਼ਾਨੇ ਵਜੋਂ ਵੀ ਜਾਣਿਆ ਜਾਂਦਾ ਹੈ। ਬਾਕੀ ਸਾਧਨਾਂ ਦੀ ਵਰਤੋਂ ਕਰਨ ਲਈ ਪੈਟਰੋਲ, ਡੀਜ਼ਲ ਜਾਂ ਬਿਜਲੀ ਦੀ ਵਰਤੋਂ ਕੀਤੀ ਜਾਂਦੀ ਹੈ, ਪਰ ਹੱਥ ਰਿਕਸ਼ਾ ਚਲਾਉਣ ਲਈ ਇਸਦਾ ਚਾਲਕ ਆਪਣਾ ਖੂਨ ਪਸੀਨਾ ਫੂਕਦਾ ਹੈ। ਵਰਦੀ ਧੁੱਪ ਅਤੇ ਲੂ ਦੇ ਵਿੱਚ ਵੀ ਇਹ ਰਿਕਸ਼ਾ ਚਾਲਕ ਨੰਗੇ ਪੈਰ ਸਵਾਰੀ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੱਕ ਲੈ ਜਾਂਦੇ ਹਨ ਅਤੇ ਬਦਲੇ ਦੇ ਵਿੱਚ ਉਹਨਾਂ ਤੋਂ ਸਿਰਫ 5 ਜਾਂ 10 ਰੁਪਏ ਕਿਰਾਏ ਵਜੋਂ ਵਸੂਲਦੇ ਹਨ। ਇਹ ਰਿਕਸ਼ਾ ਚਾਲਕ ਸਵਾਰੀ ਨੂੰ ਤਾਂ ਉਹਨਾਂ ਦੇ ਘਰ ਤੱਕ ਪਹੁੰਚਾ ਦਿੰਦੇ ਹਨ, ਪਰ ਜ਼ਿਆਦਾਤਰ ਰਿਕਸ਼ਾ ਚਾਲਕਾਂ ਵੱਲੋਂ ਰਹਿਣ ਬਸੇਰਾ ਇਹਨਾਂ ਰਿਕਸ਼ਿਆਂ ਦੇ ਉੱਤੇ ਹੀ ਕੀਤਾ ਜਾਂਦਾ ਹੈ। ਇਹ ਰਿਕਸ਼ਾ ਚਾਲਕ ਪੱਛਮੀ ਬੰਗਾਲ ਦਾ ਅਨਮੋਲ ਖਜ਼ਾਨਾ ਤਾਂ ਸੰਭਾਲੀ ਬੈਠੇ ਨੇ, ਪਰ ਸਰਕਾਰ ਵੱਲੋਂ ਇਹਨਾਂ ਪ੍ਰਤੀ ਜ਼ਿੰਮੇਵਾਰੀ ਨਹੀਂ ਨਿਭਾਈ ਜਾ ਰਹੀ, ਕਿਉਂਕਿ ਬਹੁਤੇ ਰਿਕਸ਼ਾ ਚਾਲਕ ਕਿਰਾਏ ਦੇ ਰਿਕਸ਼ੇ ਚਲਾਉਂਦੇ ਹਨ ਅਤੇ ਕਈ ਵਾਰ ਦਿਨ ਭਰ ਦੀ ਸਾਰੀ ਕਮਾਈ ਰਿਕਸ਼ਾ ਮਾਲਕਾਂ ਦੀ ਜੇਬ ਦੇ ਵਿੱਚ ਹੀ ਚਲੀ ਜਾਂਦੀ ਹੈ। ਰਿਕਸ਼ਾ ਚਲਾਤਾ ਹੈ, ਰਿਕਸ਼ਾ ਚਲਾ ਕਰਕੇ ਧੀਆ ਪੁੱਤਾ ਕੇ ਪ੍ਰਤੀਪਾਲ ਕੀਆ ਹੈ।
अभी रिक्शा उठ जाएगा तो हम कहाँ जाएगा, क्या हम धियापुता खाएगा, क्या हम खाएगा, से सरकार के में सोचना पड़ेगा। सरकार हमको व्यवस्था करो, उठा दो रिक्शा ठीक में, हमको व्यवस्था करेगा तब तक हम मर जाएगा। सो सरकार नूं इन्हां रिक्शा चालकां दी मदद लई अगे आउणा चाहीदा है तां जो इन्हां रिक्शा चालकां दे नाल नाल पछमी बंगाल दी इस विरासत दी होंद नूं वी बरकरार रख्या जा सके। सो दोस्तों, ए सी कलकत्ता दे हथ रिक्शा चलाउण वाले व्यक्तियों की छोटी जी कहानी। ये मेहनत करते ने, मेहनत करके हड भानवी कमाई करके दो डंग दी रोटी मुश्किल नाल कमाउंदे ने। इन्हां दे वल्लों पछमी बंगाल का जिथे खजाना, विरासती खजाना संभालिया होया, उत्थे सरकार इन्हां दे प्रति जिम्मेवार नज़र नहीं आ रही। सरकार नूं चाहीदा है कि इन्हां दे प्रति गंभीर होकर इन्हां नूं वधिया हथ रिक्शा मुहैया करवाना चाहीदा है। कैमरामैन मेहरबान सिंह दे नाल जगदीप सिंह थली, कलकत्ता।